ਭਾਜਾ ਮੁੰਡਾ ਜਿਹੜਾ ਅੱਜ ਕੱਲ੍ਹ ਸਿਟੀ 41 ਤੇ ਬੱਚਾ ਪ੍ਰੈਫਰ ਕੀਤਾ ਤਾਂ ਕਲੈਪ ਦੇਖਿਆ ਸੀ ਮੁੰਡੇ ਮੇਰੇ ਨਵੇਂ ਦੁਆ ਮੰਗੀ ਜਾਵੇ ਮੈਂ ਕਿਹਾ ਕਿ ਕਹਿੰਦੇ ਥੋੜੀ ਮੰਗ ਲਓ ਸੁਥਰੀ ਮੰਗ ਲਓ ਅੱਬੇ ਦੀ ਕਬਰ ਦੀ ਮੋਰੀ ਕਰਕੇ ਨਾ ਕਾਗਜ਼ ਵਾਲੀ ਜਾ ਰਹੇ ਮੈਂ ਕਿਹਾ ਕੀ ਕਹਿੰਦਾ ਤਾਂ ਹਿਸਾਬ ਹੋ ਰਿਹਾ ਮੈਂ ਬੂਟੀ ਦੇ ਰਿਹਾ ਤੇਰੀ ਮਾਂ ਵਾਲਾ ਹਮਾਮ ਸਾਲਾ ਕੱਲ ਢਿੱਡ ਦੇ ਜਲੇਬੀਆਂ ਰੱਖ ਲੋਕਾਂ ਨੂੰ ਕਹਿੰਦਾ ਮੇਰੀ ਮਦਦ ਕਰੋ ਮੇਰੀਆਂ ਆਂਦਰਾਂ ਬਾਹਰ ਆਈਆਂ ਇਹ ਵੀ ਜਲੇਬੀਆਂ ਦਾ ਕੋਈ ਬੇਹੋਸ਼ ਹੋ ਗਿਆ ਮੈਂ ਕਹਿੰਦਾ ਕੱਢਣ ਡੇ ਮੈਨੂੰ ਚੱਕਰ ਆ ਗਈ ਜੁਮੇ ਤੋਂ ਬਾਅਦ ਇਹਦੇ ਘਰ ਬੰਦੇ ਆਏ ਕਹਿੰਦੇ ਚੰਦਾ ਦਿਓ ਕਹਿੰਦੇ ਚੰਦਾ ਹੈ ਨੀ ਤੁਸੀਂ ਸ਼ਬਾਨਾ ਲੈ ਜਾਓ ਇਹਦੀ ਬੁੱਢੀ ਰੋਟੀ ਅਮਕਾਰੀ ਕਹਿੰਦੇ ਭਰੀਏ ਲੋਕ ਭਰੇ ਹੋਏ ਕਹਿੰਦੇ ਦੁੱਧ ਤੇ ਮਲਾਈ ਨਾ ਆਈ ਡਰਾਮੇ ਤੋਂ ਪਹਿਲਾਂ ਡਾਕੇ ਮਾਰਦੇ ਸੀ ਨਵੀਂ ਪਿਸਤੌਲ ਲਈ ਕਹਿੰਦੇ ਟੱਪੀ ਅੱਗੇ ਅੱਠ ਦਸ ਬੰਦੇ ਸੁੱਤੇ ਇੱਕ ਬੰਦੇ ਦੀ ਕੰਨ ਪੜੀ ਤੇ ਪਿਸਤੌਲ ਰਹਿ ਕੇ ਕਹਿੰਦਾ ਕੱਢਦੇ ਜੋ ਕੁਛ ਹੈਗਾ ਬੰਦਾ ਫੈਸਲਾਬਾਦ ਦਾ ਅਗਲਾ ਕੱਢ ਕੇ ਬਹਿ ਗਿਆ ਇਹ ਕੋਈ ਇੱਡਾ ਸਿਆਣਾ ਸੌ ਲੈ ਕੇ ਉੱਤੇ ਬਹਿ ਗਿਆ ਨਵੀਂ ਘਰ ਕੋਈ ਅੱਛਾ ਭਰਾ ਤੂੰ ਕਿਹੜਾ ਉੱਤੇ ਲੈਣੀ ਹੈ ਆਪਣੇ ਆਪੇ ਦੀ ਨਾ ਅੱਧੀ ਜ਼ਬਾਨ ਲਾ ਤੀ ਮੈਂ ਕਿਹਾ ਕਿ ਕਹਿੰਦਾ ਹੁਣ ਆਪਾਂ ਜੀ ਅੱਧੀ ਜ਼ਬਾਨ ਨਾ ਕਹਿਣਗੇ ਮੈਂ ਨੱਸ ਕੇ ਜਾਵਾਂਗਾ ਕਸਾਈ ਦੀ ਦੁਕਾਨ ਤੇ ਜਾ ਕੇ ਕਹਿੰਦਾ ਕੁਛ ਦੇ ਦਿਓ ਪੁੱਠ ਦਾ ਕਸਾਈਏ ਦਾ ਮੂੰਹ ਵੇਖ ਕੇ ਕਹਿੰਦਾ ਤੈਨੂੰ ਉਹ ਨਾ ਦਵਾਂ ਜਿਹੜਾ ਮਿੰਟ ਬਾਅਦ ਉੱਠਦਾ ਇਹ ਵੀ ਕੀਮਾ ਲੈਣ ਗਿਆ ਤੇ ਨਾ ਭੁੱਲ ਗਿਆ ਕਹਿੰਦਾ ਅੱਧਾ ਕਿਲੋ ਗੱਜੇ ਰੇਲਾ ਦੇ ਦੋ ਗੁਆਂਢੀਆਂ ਦਾ ਪੰਪ ਖੋਲ ਕੇ ਕਹਿੰਦਾ ਤਾਰਾ ਅੰਦਰ ਕਰ ਲਓ ਕਿਸ ਕਰਕੇ
ਦੰਦ ਨਹੀਂ ਉਹ ਕਹਿੰਦੀ ਮੂੰਹ ਉੱਤੇ ਆ ਓਏ ਮੈਂ ਸਭ ਤੋਂ ਵੱਡੀ ਰਾਜ ਕਸਮ ਆ ਤੇਰੇ ਆ ਗਏ ਫੜ ਮਾਮਾ ਉਹਦੇ ਕੋਲ ਪੈਸੇ ਫੜ ਹਾਂ ਕੀ ਹੈ ਇਹ ਅੱਬਾ ਕੰਗਾ ਸੀ ਚੰਗਾ ਉਹਨੂੰ ਕਹਿ ਗਈ ਹਾਲ ਕਹਿਣਾ ਕੰਜਰ ਸੀ ਤੇ ਕੰਗਣ ਕਹਿ ਗਈ ਘਬਰਾਇਆ ਕਿਉਂ ਅੱਖ ਖੁੱਲ ਕੇ ਗੱਲ ਕਰੀ ਅੱਬਾ ਕੰਗਾ ਚੰਗਾ ਉਹਨੂੰ ਕਹਿ ਗਈ ਆ ਗਈ ਚੰਗਾ ਲੈ ਇੱਧਰ ਆ ਇੱਧਰ ਆ ਸਾਈਂ ਅੱਲਾ ਫਰਿਸ਼ਤਿਆਂ ਨੇ ਇਹਨੂੰ 5 ਕਿਲੋ ਦੇਸੀ ਘਿਓ ਲਿਆ ਕੇ ਦਿੱਤਾ ਉਹ ਕਿਉਂ ਜੀ ਕਹਿੰਦੇ ਜਾਨ ਬਣਾ ਅਸੀਂ ਕੱਢਣੀ ਕਾਇ ਸਹੀ ਕੀ ਆ ਕਹਿੰਦਾ 2 ਦਿਨ ਹੋ ਗਏ ਮੇਰੀ ਅੰਮੀ ਕਮਰੇ ਦੀ ਬਾਹਰ ਨਿਕਲ ਮੈਂ ਕਿਹਾ ਕੀ ਹੋਇਆ ਕਹਿੰਦਾ ਉਹਨੇ ਤੇਲ ਮੰਗੇ ਮੈਂ ਐਲਫੀ ਦੇ ਦਿੱਤੀ ਪਹਿਲਾਂ ਗਿਆ ਮੈਂ ਜਾ ਰਿਹਾ ਪਹਿਲੇ ਕੁਆਲਾ ਨਾ ਜਾਂਦਾ ਸੀ ਹੁਣ ਸਾਰੇ ਕੁਆ ਕੁਆ ਵੀ ਕਰਨ ਤੇਰਾ ਇਸ਼ਕ ਮੈਂ ਅੰਗੇ ਹੋਇਆ ਤੇਰਾ ਇਸ਼ਕ ਮੈਂ ਅੰਗੇ ਹੋਇਆ ਇਹਨੂੰ ਇਸ਼ਕ ਕਹਿਣਾ ਭੁੱਲ ਗਿਆ ਕਹਿੰਦਾ ਇਹੀ ਕਹੀ ਜਾਵੇ ਟੀਵੀ ਹੋਈ ਤੁਸੀਂ ਛੱਡ ਦਿਓ ਗਟਰ ਤੇ ਮੋਮਬੱਤੀਆਂ ਲਾ ਕੇ ਰਹੀ ਜਿਵੇਂ ਮੈਂ
ਮੈਂ ਕਿਹਾ ਕਿ ਕਹਿੰਦਾ ਸਾਲਗਿਰਹ ਨੇ ਕੇਕ ਵੇਟੇ ਕੇ ਇਹਨਾਂ ਨੇ ਕੁਰਬਾਨੀ ਵਾਸਤੇ ਬੱਕਰੇ ਲਿਆਂਦਾ ਤੇ ਸਾਰੀ ਦਿਹਾੜੀ ਲਾ ਕੇ ਫਿਰ ਤੇਰੇ ਇੱਕ ਸਾਈਂ ਨੇ ਲੱਭਿਆ ਇਹਨੇ ਕੋਠੇ ਤੇ ਖਿਲਾਰ ਕੇ ਖਿੱਚ ਮਾਰਤੀ ਇੱਧਰ ਆਇਆ ਵੇ ਵਾਹ ਭਾਈ ਆ ਜਿਹੜਾ ਵੇ ਆਵੇ ਮੈਡਮ ਨੇ ਕਿਹਾ ਨਿਕਲਣਾ ਚਾਹੀਦਾ ਤੁਸੀਂ ਨਹੀਂ ਬਾਜ਼ ਇੰਨੀ ਬੜੀ ਤੁਹਾਡਾ ਮੂੰਹ ਏਦਾਂ ਜਿਵੇਂ ਸਿੱਖਾਂ ਪਾ ਕੇ ਜੇਬ ਕੱਟੀ ਚਾਰ ਕਬਾਬ ਰੱਖਤੇ ਆਪਣੇ ਮੁੰਡਾ ਕਿਹਾ ਤੁਸੀਂ ਬੁਕਿੰਗ ਕਹਿੰਦਾ ਮੈਨੂੰ ਬੋਲ ਨਹੀਂ ਪਿਆ